ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਚੈਨਲ 'ਤੇ ਸਾਰਿਆਂ ਦਾ ਸਵਾਗਤ ਕਰਦੀ ਹਾਂ। ਅੱਜ ਮੈਂ ਤੁਹਾਨੂੰ ਕੀ ਕਰਨਾ, ਵੀ ਗਲਾ ਬਣਾਉਣਾ ਦੱਸਦੀ ਹਾਂ। ਦੇਖੋ ਹੁਣ ਆਪਾਂ ਇਹ ਚਾਰ ਸਲਾਈਆਂ 'ਤੇ ਬਣਾਉਣਾ। ਹਾਂਜੀ, ਇਹ ਪਿਛਲਾ ਹਿੱਸਾ ਆ ਗਿਆ ਆਪਣਾ, ਇਹ ਵਾਲਾ ਆਪਣਾ ਮੂਲਾ ਹਿੱਸਾ ਆ ਗਿਆ, ਦੋਨੇ ਚੀਜ਼ਾਂ। ਹੁਣ ਆਪਾਂ ਇਹਨੂੰ ਕੀ ਕਰਨਾ, ਇੱਧਰੋਂ ਐਂ ਬੁਣਨਾ। ਹਾਂਜੀ, ਇੱਥੋਂ ਆਪਾਂ ਨੇ ਇਹ ਸਲਾਈ ਪਾ ਲੈਣੀ ਆ, ਇਹ ਚਾਰ ਸਲਾਈਆਂ 'ਤੇ ਆ। ਫਿਰ ਇਹ 'ਚ ਐਂ ਵੀ ਸਿਉਣ ਨਹੀਂ ਪਾਉਣੀ ਪੈਂਦੀ। ਅੱਛਾ, ਇੱਥੋਂ ਐਂ ਬੁਣਦੇ ਬੁਣਦੇ ਲੈ ਜਾਣੀ। ਤਾਂ ਜਿਵੇਂ ਆਪਣਾ ਬਾਰਡਰ ਹੁੰਦਾ, ਬਸ ਗਲਾ ਤਾਂ ਪਤਾ ਹੀ ਆ ਵੀ ਉਵੇਂ ਹੀ ਬਣਦਾ ਹੁੰਦਾ। ਫਿਰ ਵੀ ਇਹਦੀ ਦੋ ਸਲਾਈਆਂ ਨਾਲ ਇਹਦੀ ਸੇਪ ਵਧੀਆ ਬਣ ਜਾਂਦੀ ਹੈ। ਹੋਰ ਤਾਂ ਇਹਦਾ ਕੁਛ ਜਿਹੜੀ ਸਲਾਈ ਇੱਧਰੋਂ ਨਿਕਲੀ ਹੈ, ਅਸੀਂ ਇਹਨੂੰ ਇੱਧਰ ਫਾ ਲਓ। ਘੇਰੇ ਦਾ ਵੀ ਬੁਣੀ ਜਾਣਾ ਹੈ। ਹੁਣ ਆਪਾਂ ਨੇ ਕੀ ਕਰਨਾ, ਜਿਹੜਾ ਆਪਣਾ ਇੱਥੋਂ ਆਪਾਂ ਕੁੰਡਾ ਰੱਖਦੇ ਹੁੰਦੇ ਹਾਂ, ਇੱਕ ਕੁੰਡਾ ਇੱਥੋਂ ਮਾਰ ਕੇ ਰੱਖ ਜਾਂਦੇ ਹਾਂ, ਉਹਨੂੰ ਆਪਾਂ ਕੀ ਕਰਨਾ, ਤਿੰਨਾਂ ਦਾ ਇੱਕ ਬਣਾਉਣਾ। ਹੁਣ
ਇਹ ਆਹ ਕੁੰਡੇ ਨੂੰ ਆਪਾਂ ਨੇ ਕੀ ਕਰਨਾ, ਜਿਹੜਾ ਆਹ ਪਾਇਆ ਹੋਇਆ ਇਹਨੂੰ ਆਪਾਂ ਕੱਢ ਕੇ ਸਲਾਈ 'ਚ ਇੱਧਰਲੇ ਪਾਸੇ ਪਾ ਲੈਣਾ। ਇੱਕ ਇੱਧਰਲਾ ਲੈ ਲਿਆ, ਇੱਕ ਆਪਾਂ ਇੱਧਰਲੀ ਸਲਾਈ 'ਚੋਂ ਲੈਣਾ। ਇਹ ਤਿੰਨਾਂ ਦਾ ਕੀ ਕਰਨਾ, ਇੱਕ ਬਣਾ ਦੇਣਾ। ਕਿੱਧਰੋਂ ਲੈ ਲਿਆ, ਇੱਕ ਕੀ ਕਰਨਾ, ਇੱਕ ਆਪਾਂ ਨੇ ਇੱਧਰਲੀ ਸਲਾਈ 'ਚੋਂ ਲੈ ਲੈਣਾ। ਇਹ 'ਚ ਹੀ ਪਾ ਲਓ ਆਪਾਂ ਤਿੰਨੇ ਕੁੰਡੇ। ਆਹ ਜਿਹੜਾ ਕੱਢਿਆ ਹੋਇਆ ਸੀ ਕੁੰਡਾ, ਪਹਿਲਾਂ ਦਾ ਰੱਖਿਆ ਹੋਇਆ ਆਪਣਾ ਕੁੰਡਾ, ਆ ਦੇਖ ਉਹਨੂੰ ਉੱਤੇ ਪਾ ਲਓ। ਇਹ ਵੀ ਹੈ ਤਿੰਨਾਂ ਦਾ, ਆਪਾਂ ਨੇ ਕੀ ਕਰਨਾ, ਇੱਕ ਬਣਾਉਣਾ ਇੱਥੇ ਆ ਕੇ। ਤਿੰਨਾਂ ਦਾ ਇੱਕ ਬਣ ਗਿਆ ਇੱਥੇ, ਆਹ ਜਿਹੜੀ ਪਛਾੜ ਲਈ ਉਹ ਆਪਣੀ ਇਹ ਬਣਦੀ ਜਾਓ। ਬਸ ਹੁਣ ਇੱਧਰਲਾ ਗੇੜਾ ਖਵਾ ਲਓ। ਇੱਕ ਸਲਾਈ ਆ ਦੇ ਪੂਰ ਸਾਰੀ ਹੋ ਗਈ, ਹੁਣ ਆਪਾਂ ਦੁਬਾਰਾ ਫੇਰ ਦੂਜੀ ਸਲਾਈ ਫੇਰ ਹੋ ਰਿਹਾ ਜੀ। ਹੁਣ ਕੀ ਹੋਇਆ, ਆਪਣੀ ਦੂਜੀ ਸਲਾਈ ਚੱਲ ਪਈ।
ਨੇ ਆਹ ਫਿਰ ਆਪਾਂ ਉੱਥੇ ਆ ਉਹੀ ਵਿਚਾਲੇ ਫਿਰ ਆ ਗਏ ਆਪਾਂ ਇਹਦਾ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਆਪਾਂ ਜਿਹੜਾ ਫਲੀ ਵਾਲਾ ਦੇਖਾ ਫਲੀ ਵਾਲਾ ਕੁੰਡਾ ਸੀ ਇਹ ਆਪਾਂ ਇੱਧਰ ਪਾ ਗਏ ਸੀ ਹੁਣ ਇਹਨੂੰ ਇੱਧਰ ਲਿਆਉਣਾ ਆਪਾਂ ਵਾਪਸ ਫਿਰ ਇੱਧਰੋਂ ਇੱਕ ਲੈ ਲਾ ਇੱਕ ਇੱਧਰੋਂ ਲੈ ਲਵਾਂਗੇ ਇਹਨੂੰ ਕੱਢ ਕੇ ਇਹਨੂੰ ਇੱਧਰ ਪਾ ਲਵਾਂਗੇ ਜਿਹੜਾ ਆਹ ਫਲੀ ਵਾਲਾ ਆਪਣਾ ਘੱਟਦਾ ਜਾਂਦਾ ਹੁੰਦੇ ਨੇ ਦੋਨਾਂ ਪਾਸੇ ਕੀ ਕਰਦੇ ਆ ਉਹ ਫਿਰ ਪਾ ਲਵਾਂਗੇ ਹੁਣ ਇਹ ਤਿੰਨਾਂ ਦਾ ਫਿਰ ਇੱਕ ਬਣਾ ਲੈਣਾ ਇੱਥੇ ਆ ਕੇ ਜਮਾਂ ਸੈਂਟਰ 'ਚ ਆ ਕੇ ਬਣਾ ਲਏ ਇਹ ਤਿੰਨਾਂ ਦਾ ਫਿਰ ਇੱਕ ਬਣ ਜਾਊ ਹੁਣ ਤਿੰਨ ਦਾ ਫਿਰ ਇੱਕ ਬਣ ਗਿਆ ਹੁਣ ਇੱਥੋਂ ਆਪਾਂ ਨੇ ਫਿਰ ਬਣਨਾ ਜਾਣਾ ਹੁਣ ਆਪਾਂ ਨੇ ਕਿੰਨੀ ਪੰਜਵੀਂ ਸਿਲਾਈ ਸ਼ੁਰੂ ਕਰਨੀ ਇੱਥੋਂ ਫਿਰ ਬਸ ਹੁਣ ਆਪਾਂ ਇਹੀ ਸਿਲਾਈ ਪਾਵਾਂਗੇ ਤਾਂ ਆਪਦੀ ਮਰਜ਼ੀ ਹੁੰਦੀ ਹੈ ਵੀ ਕਿੰਨਾ ਕੁ ਚੌੜਾ ਕਰਨਾ ਬਾਕੀ ਐਂ ਬੱਚੇ ਦੇ ਸਿਰ ਦੇਖ ਲਏ ਫਿਰ ਉਹ ਹਿਸਾਬ ਜੇ ਨਾਲ ਬਣਾ ਲਏ ਬਸ ਇਹ ਤਾਂ ਹੁਣ ਛੋਟੇ ਦਾ ਤਾਂ ਸਾਲ ਦੇ ਬੱਚੇ ਦਾ
ਬਸ ਬਣ ਗਿਆ ਇਹ। ਹੁਣ ਆਪਾਂ ਨੇ ਇਹਨੂੰ ਕੀ ਕਰਨਾ, ਬੰਦ ਕਰ ਦੇਣਾ।
ਆ ਦੇਖ ਇਹਦੀ ਸੇਪ ਕਿ ਨਾ ਇਹ ਚਾਰ ਸਲਾਈਆਂ 'ਤੇ ਵੀ ਵਧੀਆ ਬਣ ਜਾਂਦੀ ਆ। ਇਹਨੂੰ ਜਦੋਂ ਆਪਾਂ ਇੱਥੋਂ ਆਪਾਂ ਘਟਾਉਣ ਲੱਗ ਗਏ, ਇੱਥੋਂ ਘਟਾਉਂਦੇ ਘਟਾਉਂਦੇ ਉਰੇ ਤੱਕ ਹੀ ਘਟਾ ਜੇ ਬਸ, ਦੂਜੀ ਸਲਾਈ ਘਟਾ ਕੇ ਜਿੰਨੇ ਵੀ ਜੋਟੇ ਘਟਾਉਣੇ ਨੇ ਉਰੇ ਤੱਕ ਘਟਾ ਕੇ ਇੱਥੋਂ ਆਪਾਂ ਕੀ ਕਰਨਾ ਹੈ, ਸਿੱਧੇ ਹੀ ਬੁਣ ਲਏ ਫਿਰ। ਬਸ ਐਂ ਨਾ ਕਹੇ ਵੀ ਮੈਂ ਇੱਕ ਸਲਾਈ ਇੱਕ ਕੁੰਡਾ ਇੱਥੇ ਕਟਾ ਤਾ ਇੱਕ ਇੱਥੇ, ਨਾ ਜਦੋਂ ਇੱਥੋਂ ਆਪਾਂ ਘਟਾਉਣ ਲੱਗ ਗਏ ਉਹਨੂੰ ਬਸ ਇੱਕ ਸਲਾਈ ਬੁਣ ਕੇ ਦੂਜੀ ਸਲਾਈ ਘਟਾਈ ਜਾਵੇ, ਦੂਜੀ ਸਲਾਈ ਘਟਾਈ ਜਾਵੇ, ਬਸ ਇੱਥੇ ਤੱਕ ਘਟਾ ਦੇ ਪੂਰੇ ਜਿੰਨੇ ਘਟਾਉਣੇ ਨੇ। ਇੱਦੂ ਗਾਹਾਂ ਕੀ ਕਰਨਾ ਆਪਾਂ ਸਿੱਧਾ ਬੁਣਨਾ, ਦੇਖ ਫਿਰ ਐਂ ਸੇਫ ਆਪਦੇ ਵਧੀਆ ਬਣ ਜਾਂਦੀ ਹੈ। ਬਣ ਤਾਂ ਦੋ ਸਲਾਈਆਂ 'ਤੇ ਵੀ ਜਾਂਦਾ ਪਰ ਦੋ ਸਲਾਈਆਂ 'ਤੇ ਹੀ ਜੀ ਸੇਫ ਨਹੀਂ ਬਣਦੀ ਹੁੰਦੀ ਆ, ਵਧੀਆ ਜਮਾਂ ਸੇਫ ਵਧੀਆ ਬਣਦਾ ਜਿਹੜਾ ਉਹ ਧੀ ਆਦੇ ਆ ਵਿਚਾਲਾ ਕੁੰਡਾ। ਦੇਖਾ ਦੇਖ ਇਹ ਬਸ ਇੱਕ ਇੱਕ ਕੁੰਡਾ ਇੱਧਰੋਂ ਲੈ ਲੈ ਇੱਕ ਇੱਧਰੋਂ ਲੈ ਲੈ, ਬਸ ਦੋਨ ਤਿੰਨਾਂ ਕੁੰਡਿਆਂ ਦਾ ਇੱਕ ਬਣੀ ਜਾਂਦਾ। ਆਹ ਜਿਹੜਾ ਕੁੰਡਾ ਵਿਚਾਲਾ ਇਹਨੂੰ ਉੱਪਰ ਰੱਖਣਾ, ਇੱਧਰਲੇ ਪਾਸੇ ਪਾ ਲਓ, ਜੇ ਆਪਣਾ ਇੱਧਰਲਾ ਪੁੱਠਾ ਹੱਥ ਆ ਤਾਂ ਇੱਧਰ ਦੀ ਪਾ ਲਓ ਇਹਨੂੰ ਐਂ।